ਮੈਂ ਪਹਿਲੀ ਵੀਡੀਓ ਇਸ ਦੇ ਵਿੱਚ ਮੈਂ ਦੱਸੂਗਾ ਇੱਕ ਨੁਸਖਾ ਜੋ ਤੁਹਾਡਾ ਭਾਰ ਵਧਾਉਣ ਦੇ ਲਈ, ਤੁਹਾਡੀ ਸਿਹਤ ਨੂੰ ਨਰੋਈ ਕਰਨ ਦੇ ਲਈ, ਤੁਹਾਡੀ ਲੰਮੀ ਉਮਰ ਦੇ ਲਈ ਤੇ ਤੁਹਾਨੂੰ ਚਿਰ ਉਮਰ ਜਵਾਨ ਦਿਖਾਈ ਦੇਣ ਦੇ ਲਈ ਤੁਹਾਡਾ ਸਹਾਇਕ ਹੋਏਗਾ। ਉਹਨਾਂ ਵੀ ਆ ਜਾਂ ਦੁਬਲੇਪਨ ਤੋਂ ਪਰੇਸ਼ਾਨ ਨੇ ਜੋ। ਸੋ ਇਹ ਨੁਸਖਾ ਹੈ ਜੋ ਆਯੁਰਵੇਦ ਦਾ ਸਭ ਤੋਂ ਮੇਨ ਨੁਸਖਾ, ਹਜ਼ਾਰਾਂ ਕਰੋੜਾਂ ਸਾਲਾਂ ਤੋਂ ਸਾਡੇ ਰਿਸ਼ੀਆਂ ਮੁਨੀਆਂ ਨੇ ਸਾਨੂੰ ਦਿੱਤਾ ਹੈ। ਆਯੁਰਵੇਦਿਕ ਨੁਸਖਾ ਹੈ, ਦੇਸੀ ਦਵਾਈਆਂ ਦਾ ਨੁਸਖਾ ਹੈ। ਆਯੁਰਵੇਦਿਕ ਦਵਾਈ ਦਾ ਸਿਸਟਮ ਨਹੀਂ ਹੈ, ਸਾਡੇ ਜੀਨ ਦੀ ਪ੍ਰਣਾਲੀ ਹੈ। ਇਸ ਦੇ ਵਿੱਚ ਆਪਾਂ ਘਰਾਂ ਵਿੱਚ ਵਰਤੇ ਜਾਣ ਵਾਲੇ ਮਸਾਲੇ ਜਾਂ ਆਮ ਚੀਜ਼ਾਂ ਜੋ ਸਾਡੀ ਪੁਰਾਣੇ ਜ਼ਮਾਨੇ ਵਿੱਚ ਸਾਨੂੰ ਉਪਲਬਧ ਨੇ, ਉਹਨਾਂ ਦੀ ਵਰਤੋਂ ਕਰਦੇ ਹਾਂ ਤੇ ਉਹਨਾਂ ਤੋਂ ਆਪਣੀ ਰਿਜ਼ਲਟ ਲੈਂਦੇ ਹਾਂ। ਸੋ ਕਿਸੇ ਤਰੀਕੇ ਦੇ ਸਾਈਡ ਇਫੈਕਟ ਦੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ, ਤੇ ਇਹ ਬੜੇ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਸਿਹਤਮੰਦ ਬਣਾਉਂਦਾ ਹੈ। ਤੁਹਾਡਾ ਭਾਰ ਵੀ ਵਧੇਗਾ ਬੜੇ ਤਰੀਕੇ ਦੇ ਨਾਲ, ਇਸ ਦੇ ਨਾਲ ਤੁਹਾਡੀ ਪਰਸਨੈਲਿਟੀ ਇੰਪਰੂਵ ਹੋਏਗੀ, ਤੁਹਾਡੀ ਬਾਡੀ ਇੱਕ ਖਾਸ ਅਨੁਪਾਤ ਵਿੱਚ ਆਏਗੀ ਜਿਸ ਨੂੰ ਲੋਕ ਪਸੰਦ ਕਰਨਗੇ। ਆਮ ਤੌਰ ਤੇ ਵੇਖਿਆ ਜਾਂਦਾ ਹੈ ਚੜ੍ਹਦੀ ਉਮਰ ਵਿੱਚ ਜਦੋਂ ਮੁੰਡੇ ਕੁੜੀਆਂ ਦਾ ਕੱਦ ਤੇ ਵੱਧ ਜਾਂਦਾ ਪਰ ਉਸ ਅਨੁਪਾਤ ਦੇ ਨਾਲ ਉਹਨਾਂ ਦਾ ਭਾਰ ਨਹੀਂ ਵੱਧਦਾ, ਤਾਂ ਇਸ ਲਈ ਚਿੰਤਿਤ ਹੋ ਜਾਂਦੇ ਨੇ ਤੇ ਕਈ ਤਰੀਕੇ ਦੀਆਂ ਅਖਬਾਰਾਂ ਚੈਟਾਂ ਜਾਂ ਬੋਰਡ ਵਗੈਰਾ ਵੇਖ ਕੇ ਕਈ ਵਾਰੀ ਇਹਨਾਂ ਦਾ ਹਕੀਮਾਂ ਦੇ ਚਮਕਾਰ ਹੋ ਜਾਂਦੇ ਨੇ, ਤਾਂ ਉਹ ਕਈ ਵਾਰੀ ਉਹਦਾ ਚੂਰਨ ਦੇ ਰੂਪ ਵਿੱਚ ਕੋਈ ਦਵਾਈ ਦਿੰਦੇ ਨੇ ਜੋ ਅੰਗਰੇਜ਼ੀ ਦੋ ਦਵਾਈਆਂ ਟੈਕਡੋਨ ਤੇ ਪ੍ਰੈਕਟਿਨ ਦਾ ਮਿਕਸਚਰ ਕਰਕੇ ਪੀ ਕੇ ਚੂਰਨ ਦੇ ਵਿੱਚ ਦੇ ਦਿੰਦੇ ਨੇ ਜੋ ਸਟੀਰੋਇਡ ਨੇ, ਐਨਾਬੋਲਿਕ ਸਟੀਰੋਇਡ ਨੇ, ਜਿਸ ਦੇ ਨਾਲ ਉਹਨਾਂ ਦਾ ਭਾਰ 10 ਕੁ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਭੁੱਖ ਲੱਗਣ ਦੇ ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਸਰੀਰ ਦੇ ਵਿੱਚ ਪਾਣੀ ਦੀ ਸਟੋਰੇਜ ਵੀ ਜ਼ਿਆਦਾ ਹੋ ਕੇ ਚਿਹਰੇ ਤੇ ਸਵੈਲਿੰਗ ਆ ਜਾਂਦੀ ਹੈ ਤੇ ਬੰਦਾ ਪੇਟ ਟੱਪਾ ਲੱਗਣਾ ਸ਼ੁਰੂ ਹੋ ਜਾਂਦਾ। ਸੋ ਆਪਾਂ ਇਹੋ ਜਿਹੀ ਕੋਈ ਗੱਲ ਨਹੀਂ ਕਰਾਂਗੇ, ਆਪਾਂ ਇੱਕ ਅਜਿਹੇ ਸਾਫ ਸੁਥਰੇ ਨੁਸਖੇ ਦੇ ਬਾਰੇ ਗੱਲ ਕਰਾਂਗੇ ਜੋ ਹਜ਼ਾਰਾਂ ਸਾਲਾਂ ਤੋਂ ਕਰੋੜਾਂ ਲੋਕਾਂ ਨੇ ਅਜਮਾਇਆ, ਹਜ਼ਾਰਾਂ ਸਾਲਾਂ ਤੋਂ ਕਰੋੜਾਂ ਲੋਕਾਂ ਦਾ ਅਜਮਾਇਆ। ਮੈਨੂੰ ਪਤਾ ਹੈ, ਮੇਰੇ ਦੋਸਤਾਂ ਨੇ ਵਰਤਿਆ, ਮੇਰੇ ਪਿਤਾ ਜੀ ਨੂੰ ਪਤਾ, ਮੇਰੇ ਦਾਦਾ ਜੀ ਨੂੰ ਪਤਾ, ਸਾਡੇ ਪੁਰਖਿਆਂ ਨੇ ਕਿਤਾਬਾਂ ਦੇ ਵਿੱਚ ਜ਼ਿਕਰ ਹੈ, ਤੇ ਜੋ ਵੀ ਬੰਦਾ ਆਯੁਰਵੇਦ ਦੀ ਜਾਣਕਾਰੀ ਥੋੜੀ ਬਹੁਤੀ ਵੀ ਰੱਖਦਾ ਉਸਨੂੰ ਪਤਾ ਹੈ ਕਿ ਸਭ ਤੋਂ ਕਾਮਨ ਨੁਸਖਾ, ਸਭ ਤੋਂ ਵੱਧ ਰਿਜਲਟ ਦੇ ਨਾਲ ਹੈ ਨੁਸਖਾ। ਸੋ ਹੁਣ ਮੁੰਡੇ ਕੁੜੀਓ ਹੋ ਜਾਓ ਤਿਆਰ, ਆਪਾਂ ਇਹਦੇ ਬਾਰੇ ਗੱਲ ਕਰ ਰਹੇ ਹਾਂ। ਸੋ ਇਸ ਦੇ ਲਈ ਇੱਕ ਗੱਲ ਹੈ, ਤੁਹਾਨੂੰ ਤਲੀਆਂ ਚੀਜ਼ਾਂ ਨੇ ਜੋ ਉਹ ਥੋੜੇ ਚਿਰ ਲਈ ਛੱਡਣੀਆਂ ਪੈਣਗੀਆਂ, ਆਪਣਾ ਪੇਟ ਸਾਫ਼ ਰੱਖਣਾ ਪਵੇਗਾ, ਕਬਜ਼ ਦੂਰ ਕਰਨੀ ਪਵੇਗੀ, ਤੇ ਪ੍ਰੋਟੀਨ ਦੀ ਪੂਰਤੀ ਕਿਸੇ ਤਰੀਕੇ ਨਾਲ ਦਾਲਾਂ ਤੋਂ, ਆਂਡਿਆਂ ਤੋਂ, ਮੀਟ ਤੋਂ ਸਰੀਰ ਨੂੰ ਕਰਨੀ ਪਵੇਗੀ। ਜੇ ਤੁਸੀਂ ਨਹੀਂ ਵੀ ਲੈਂਦੇ ਪਰ ਠੀਕ ਹੈ, ਪਰ ਜੇ ਤੁਸੀਂ ਆਪਣੀ ਡਾਇਟ ਦੇ ਵਿੱਚ ਪ੍ਰੋਟੀਨ ਸ਼ੇਕ ਜਾਂ ਕਿਸੇ ਵੀ ਤਰੀਕੇ ਦੀ ਪ੍ਰੋਟੀਨ ਐਡ ਕਰਦੇ, ਜੇ ਕੋਈ ਬਾਜ਼ਾਰ ਤੋਂ ਨਿਊਰਾ ਮਾਸ ਪਾਊਡਰ ਲੈ ਕੇ ਐਡ ਕਰਦੇ, ਤੁਹਾਡੇ ਰਿਜ਼ਲਟ ਹੋਰ ਜ਼ਿਆਦਾ ਵਧੀਆ ਹੋਏਗਾ। ਸੋ ਇਸ ਨੁਸਖੇ ਦੇ ਚਾਰ ਇਨਗਰੀਡੀਐਂਟਸ ਦੇ ਬਾਰੇ, ਜੋ ਇਸ ਦੇ ਵਿੱਚ ਚਾਰ ਜੜੀ ਬੂਟੀਆਂ ਪਾਈਆਂ ਜਾਂਦੀਆਂ ਨੇ, ਉਸ ਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲੀ ਹੈ ਅਸ਼ਗੰਧ, ਇਸ ਨੂੰ ਨਗੌਰੀ ਅਸ਼ਗੰਧ ਕਿਹਾ ਜਾਂਦਾ ਹੈ, ਅਸ਼ੋਗਧ ਆਯੁਰਵੇਦ ਹਿੰਦੀ ਦੇ ਵਿੱਚ ਕਿਹਾ ਜਾਂਦਾ ਤੇ ਵਿਦੇਨੀਆ ਸੋਮਨੀ ਫਿਰਮ ਕਿਹਾ ਜਾਂਦਾ। ਸਰੀਰ ਦੇ ਵਿਕਾਰ ਦੂਰ ਕਰਨ ਲਈ, ਚਿਹਰੇ ਦੀ ਰੌਣਕ ਵਧਾਉਣ ਦੇ ਲਈ, ਉਮਰ ਲੰਬੀ ਕਰਨ ਦੇ ਲਈ ਹਜ਼ਾਰਾਂ ਕਰੋੜਾਂ ਸਾਲਾਂ ਤੋਂ ਵਰਤੀ ਆਉਂਦਾ ਚੀਜ਼ ਹੈ। ਸੋ ਅਸ਼ਗੰਧ ਲੈਣੀ ਹੈ, ਇਸ ਦਾ ਚੂਰਨ ਲੈ ਲੈਣਾ ਤੁਸੀਂ ਬਾਜ਼ਾਰੋਂ, ਕੋਸ਼ਿਸ਼ ਕਰਨੀ ਕਿਸੇ ਵੱਡੀ ਪੰਸਾਰੀ ਦੀ ਦੁਕਾਨ ਤੋਂ ਇਸ ਦਾ ਚੂਰਨ ਲਓ। ਬਾਬੇ ਰਾਮਦੇਵ ਦਾ, ਬੈਦਨਾਥ, ਡਾਬਰ, ਜੰਤੂ, ਜਿੰਨੀਆਂ ਵੀ ਆਯੁਰਵੇਦਿਕ ਵੱਡੀਆਂ ਫਰਮਾਂ ਨੇ ਉਹਨਾਂ ਦਾ ਚੂਰਨ ਅਵੇਲੇਬਲ, ਪਰ ਜੇ ਲੂਜ ਲਓਗੇ ਤੁਹਾਨੂੰ ਮਿਲ ਜਾਏਗਾ। ਜੜੀ ਬੂਟੀ ਲੈ ਕੇ ਤੁਸੀਂ ਆਪ ਵੀ ਕੁੱਟ ਸਕਦੇ ਜੇ, ਪਰ ਉਹ ਸਿਰ ਦਰਦੀ ਦਾ ਸਬਕ ਹੋ ਸਕਦੀ ਹੈ। ਅਸ਼ਗੰਧ ਚੂਰਨ ਲੈਣਾ ਹੈ 100 ਗ੍ਰਾਮ, ਸ਼ਤਾਵਰੀ ਦਾ ਚੂਰਨ ਲੈਣਾ ਹੈ 100 ਗ੍ਰਾਮ, ਸਫੇਦ ਮੁਸਲੀ ਦਾ ਚੂਰਨ ਲੈਣਾ ਹੈ 100 ਗ੍ਰਾਮ, ਤੇ ਬਲੱਠੀ ਦਾ ਚੂਰਨ ਲੈਣਾ ਹੈ 100 ਗ੍ਰਾਮ। ਅਸ਼ਗੰਧ 100 ਗ੍ਰਾਮ, ਸ਼ਤਾਵਰੀ 100 ਗ੍ਰਾਮ, ਸਫੇਦ ਮੁਸਲੀ 100 ਗ੍ਰਾਮ, ਤੇ ਬਲੱਠੀ 100 ਗ੍ਰਾਮ। ਹੁਣ ਇਹਨਾਂ ਚਾਰਾਂ ਦੀ ਮਾਤਰਾ ਹੋ ਗਈ 400 ਗ੍ਰਾਮ। ਇਸ ਦੇ ਵਿੱਚ 200 ਗ੍ਰਾਮ ਤੁਸੀਂ ਮਿਸ਼ਰੀ ਜਾਂ ਖੰਡ ਪੀਸ ਕੇ ਪਾ ਲੈਣੀ। ਹੁਣ 600 ਗ੍ਰਾਮ ਇਹ ਤੁਹਾਡਾ ਚੂਰਨ ਬਣ ਗਿਆ, ਜੋ ਤਾਕਤ ਦੇਣ ਦੇ ਲਈ, ਤੁਹਾਡੀ ਸਾਰੀ ਉਮਰ ਦੇ ਲਈ ਤੁਹਾਡਾ ਇੱਕ ਨੁਸਖਾ ਬਣ ਗਿਆ, ਜਿਸ ਨੂੰ ਤੁਸੀਂ ਹਰ ਸਾਲ ਖਾਣਾ ਹੈ। ਹਰ ਸਾਲ ਨਵੰਬਰ ਦਸੰਬਰ ਵਿੱਚ ਜਦੋਂ ਮੌਸਮ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਉਸਦੀ, ਉਦੋਂ ਇਸਦੀ ਸ਼ੁਰੂ ਕਰਕੇ ਵਰਤੋਂ ਤੇ ਫਰਵਰੀ ਤੱਕ ਕਰਨੀ ਹੈ, ਤੁਸੀਂ ਇਹ ਵੇਖਣਾ ਕਿ ਤੁਸੀਂ ਆਪਣੇ ਯਾਰਾਂ ਦੋਸਤਾਂ ਤੋਂ ਵੱਧ ਜਵਾਨ ਲੱਗਣੇ ਸ਼ੁਰੂ ਹੋਵੋਗੇ। ਉਮਰ ਦੇ ਇੱਕ ਪੜਾਅ ਤੇ ਤੁਹਾਡੀ ਉਮਰ ਲੁਕਣੀ ਸ਼ੁਰੂ ਹੋਏਗੀ, ਜੇ ਤੁਸੀਂ ਪਤਲੇ ਹੋ ਤੁਹਾਡਾ ਭਾਰ ਵਧਣਾ ਸ਼ੁਰੂ ਹੋਏਗਾ, ਨੀਂਦ ਵਧੀਆ ਆਉਣੀ ਸ਼ੁਰੂ ਹੋਏਗੀ, ਪੜ੍ਹਾਈ ਦੇ ਵਿੱਚ ਮਨ ਲੱਗੇਗਾ, ਜੇ ਸੌਂਗੇ ਨੀਂਦ ਵਧੀਆ, ਜੇ ਪੜੋਗੇ ਤੇ ਪੂਰਾ ਕੰਸਨਟ੍ਰੇਟ ਕਰ ਸਕੋਗੇ, ਐਸਿਡ ਬਣਨਾ ਘੱਟ ਹੋਏਗਾ, ਗੈਸ ਬਣਨੀ ਘੱਟ ਹੋਏਗੀ, ਖਾਧਾ ਪੀਤਾ ਸਰੀਰ ਨੂੰ ਲੱਗਣਾ ਸ਼ੁਰੂ ਹੋਏਗਾ, ਤੇ ਜਿਗਰ ਜਾਂ ਲੀਵਰ ਆਪਣੀ ਵਰਤੋਂ ਜੋ ਵਰਕਿੰਗ ਹੈ ਜੋ ਪ੍ਰੋਪਰ ਤਰੀਕੇ ਨਾਲ ਕਰਨੀ ਸ਼ੁਰੂ ਕਰ ਦੇਗਾ। ਸੋ ਕੋਈ ਨੁਕਸਾਨ ਨਹੀਂ ਹੈ ਇਸਦਾ, ਫਿਰ ਵੀ ਤੁਸੀਂ ਜੇ ਕੋਈ ਬੀਪੀ ਵਗੈਰਾ ਸ਼ਿਕਾਇਤ ਹੈ ਤਾਂ ਡਾਕਟਰ ਦੀ ਸਲਾਹ ਲੈ ਸਕਦੇ ਹੋ। ਹੁਣ ਇਸ ਨੁਸਖੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਪੇਟ ਸਾਫ਼ ਕਰਨਾ, ਪੇਟ ਸਾਫ਼ ਕਰਨ ਦੇ ਲਈ ਤੇ ਤੁਸੀਂ ਕਾਇਮ ਚੂਰਨ ਲੈ ਸਕਦੇ ਜੀ, ਉਨੀ ਮਾਤਰਾ ਜਿੰਨੀ ਨਾਲ ਸਹੀ ਤਰੀਕੇ ਤੁਹਾਡਾ ਸਵੇਰੇ ਪੇਟ ਸਾਫ਼ ਹੋ ਜਾਏ, ਜ਼ਿਆਦਾ ਗੜਬੜ ਨਾ ਹੋਵੇ, ਜਾਂ ਇਸਬਗੋਲ ਦਾ ਛਿਲਕਾ ਰਾਤ ਨੂੰ ਪਾਣੀ ਦੇ ਵਿੱਚ ਕੋਲੇ ਦੇ ਵਿੱਚ ਭਿਓ ਕੇ 1/2 ਘੰਟੇ ਬਾਅਦ ਉਸਨੂੰ ਪੀ ਲੈਣਾ, ਤੇ ਸਵੇਰੇ ਪੇਟ ਸਾਫ਼ ਹੋ ਗਿਆ ਇੱਕ ਦਿਨ ਛੱਡ ਕੇ ਦੁਬਾਰਾ ਕਰਨਾ। ਹੁਣ ਚੂਰਨ ਲੈਣਾ ਕਿਵੇਂ ਹੈ, 1 ਚਮਚਾ ਸਵੇਰੇ, 1 ਨਿੱਕਾ ਚਮਚਾ ਆਮ ਸਧਾਰਨ ਚਮਚਾ, ਕੜਛੀ ਤੋਂ ਛੋਟਾ ਜਿਹੜਾ ਆਪਾਂ ਆਮ ਵਰਤੋਂ ਵਿੱਚ ਵਰਤਿਆ ਜਾਂਦਾ ਕਰਾਂ, 1 ਚਮਚਾ ਸਵੇਰੇ 1 ਸ਼ਾਮੀ, 1 ਚਮਚਾ ਚੂਰਨ ਖਾ ਕੇ ਮਗਰੋਂ ਦੁੱਧ ਪੀ ਲੈਣਾ। ਕਈ ਵਾਰੀ ਚੂਰਨ ਖਾਣ ਚ ਮੁਸ਼ਕਿਲ ਆਉਂਦੀ ਤਾਂ ਉਸਨੂੰ ਪਾਣੀ ਦੇ ਵਿੱਚ ਘੋਲ ਕੇ ਤੁਸੀਂ ਪੀ ਕੇ ਬਾਅਦ ਚ ਦੁੱਧ ਪੀ ਸਕਦੇ ਜੀ। ਸਵੇਰੇ ਸ਼ਾਮ ਇਹ ਕਰਨਾ, ਖਾਣ ਪੀਣ ਦਾ ਧਿਆਨ ਰੱਖਣਾ ਹੈ, ਪੌਸ਼ਟਿਕ ਚੀਜ਼ਾਂ ਖਾਣੀਆਂ ਨੇ, ਫਲ ਫਰੂਟ ਖਾਣੇ ਨੇ, ਕੇਲੇ ਵਗੈਰਾ ਡਾਇਟ ਵਿੱਚ ਸ਼ਾਮਿਲ ਕਰਨਾ ਹੈ, ਪ੍ਰੋਟੀਨ ਦੀ ਬਹੁਤਾਤ ਲੈਣੀ,
ਦੇਸੀ ਦਵਾਈ ਆ। ਸੋ ਇਸ ਨੂੰ ਤੁਸੀਂ ਘੱਟ ਤੋਂ ਘੱਟ 40 ਦਿਨ ਖਾਣਾ ਹੈ। ਇਸ ਤੋਂ ਬਾਅਦ ਤੁਸੀਂ ਰਿਜ਼ਲਟ ਆਪ ਮਹਿਸੂਸ ਕਰੋਗੇ, ਤਰੋ ਤਾਜ਼ਾ ਮਹਿਸੂਸ ਕਰੋਗੇ, ਵਧੀਆ ਮਹਿਸੂਸ ਕਰੋਗੇ ਤੇ ਤੁਹਾਡਾ ਭਾਰ ਸਹੀ ਤਰੀਕੇ ਨਾਲ ਵਧਣਾ ਸ਼ੁਰੂ ਹੋ ਜਾਏਗਾ। ਤੇ ਇਸ ਨੂੰ ਕੋਸ਼ਿਸ਼ ਕਰੋ ਸਾਰੀ ਉਮਰ ਵੀ ਖਾਂਦੇ ਰਹੋ, ਤਾਂ ਕਿ ਪੰਜਾਬੀਆਂ ਦਾ ਦਿਮਾਗ ਸਾਡਾ ਹੋਰ ਜ਼ਿਆਦਾ ਵਿਕਸਿਤ ਹੋਵੇ ਤੇ ਅਸੀਂ ਕਿਸੇ ਗੱਲ ਤੇ ਤਰਕ ਕਰਨਾ ਵੀ ਸਿੱਖ ਸਕੀਏ ਤੇ ਹੋਰ ਦੁਨੀਆਂ ਦੇ ਵਿੱਚ ਕੀ ਜਾਈਏ। ਇਹ ਸੀਗੀ ਅੱਜ ਮੇਰੀ ਪਹਿਲੀ ਵੀਡੀਓ, ਮੈਨੂੰ ਆਸ ਹੈ ਕਿ ਤੁਸੀਂ ਉਸ ਨੂੰ ਲਾਈਕ ਕਰੋਗੇ। ਹੋਰ ਵੀਡੀਓ ਲੈ ਕੇ ਆਵਾਂਗਾ ਆਯੁਰਵੇਦ ਦੇ ਨਾਲ, ਤੁਹਾਡੀਆਂ ਕਈ ਸਮੱਸਿਆਵਾਂ ਦੇ ਸੰਬੰਧ ਤੇ ਟੈਕਨੋਲੋਜੀ ਦੇ ਨਾਲ ਤੇ ਕੁਝ ਹੋਰ ਗੱਲਾਂ ਦੱਸਾਂਗੇ ਕਿ ਤੁਸੀਂ ਵੀਡੀਓ ਵਗੈਰਾ ਆਪ ਖੁਦ ਬਣਾ ਕੇ ਚੰਗੇ ਤਰੀਕੇ ਨਾਲ ਐਡਿਟ ਕਿਵੇਂ ਕਰ ਸਕਦੇ। ਬਹੁਤ ਮਸਾਲਾ ਹੈਗਾ, ਸੋ ਮੇਰੇ YouTube ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਕਰਨਾ ਹੈ ਤੇ ਬੈਲ ਦੇ ਆਈਕਨ ਤੇ ਵੀ ਰਿੰਗ ਕਰਨੀ ਹੈ। ਬੈਲ ਦੇ ਆਈਕਨ ਖੜਕਾਓਗੇ ਤੇ ਮੇਰੀ ਨੋਟੀਫਿਕੇਸ਼ਨ ਤੁਹਾਡੇ ਕੋਲ ਆਏਗੀ। ਤੇ ਆਨਲਾਈਨ ਟਾਈਮ 'ਚ ਮੈਂ ਕੁਝ ਇਨਾਮ ਵਗੈਰਾ ਲਈ ਵੀ ਲੈ ਕੇ ਆਵਾਂਗਾ, ਠੀਕ ਹੈ ਜੀ। ਸੋ ਮੇਰੀ ਵੀਡੀਓ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਅਗਲੀ ਵੀਡੀਓ ਕਿਸ ਚੀਜ਼ ਤੇ ਚਾਹੁੰਦੇ ਜੇ ਉਹ ਵੀ ਦੱਸੋ। ਤਦ ਤੱਕ ਲਈ ਸ਼ੁਕਰੀਆ, ਵਾਹਿਗੁਰੂ।